ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਰਾਜਾ ਮਹਿੰਦਰ ਪ੍ਰਤਾਪ ਸਿੰਘ ਓਡੀਸ਼ਾ ਦੇ ਆਜ਼ਾਦੀ ਕੋਲਾਟੀਏ ਗੋਪ ਬੰਦੂ ਚੌਧਰੀ ਅਤੇ ਸ਼ਹੀਦ ਇੰਦਰਪੂਸ਼ਨ ਰਾਏ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਇਸ ਲੜੀ ਵਿੱਚ ਅਸੀਂ ਯਾਦ ਕਰ ਰਹੇ ਹਾਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੂੰ। ਉਨ੍ਹਾਂ ਦਾ ਜਨਮ 1886 ਵਿੱਚ ਹਾਥਰਸ ਦੇ ਰਾਜਕਰਾਨੇ ਵਿੱਚ ਹੋਇਆ ਸੀ। 1914 ਵਿੱਚ ਰਾਜਾ ਮਹਿੰਦਰ ਪ੍ਰਤਾਪ ਨੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਵਾਸਤੇ ਸ਼ਾਹੀ ਤਖਤ ਨੂੰ ਤਿਆਗ ਦਿੱਤਾ। 1 ਪਹਿਲੀ ਦਸੰਬਰ 1915 ਨੂੰ ਉਨ੍ਹਾਂ ਨੇ ਭਾਰਤ ਤੋਂ ਬਾਹਰ ਕਾਬੁਲ ਵਿੱਚ ਬਾਗੇ ਬਾਬਰ ਵਿੱਚ ਪਹਿਲੀ ਅਸਥਾਈ ਭਾਰਤ ਸਰਕਾਰ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨਿਆ ਅਤੇ ਬੋਪਾਲ ਦੇ ਆਪਣੇ ਸਹਿਯੋਗੀ ਕ੍ਰਾਂਤੀਕਾਰੀ ਮੌਲਾਨਾ ਬਰਕਤੁੱਲਾ ਨੂੰ ਇਸ ਅਸਥਾਈ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ। ਰਾਜਾ ਮਹਿੰਦਰ ਪ੍ਰਤਾਪ ਸਵਦੇਸ਼ੀ ਅੰਦੋਲਨ ਨਾਲ ਵੀ ਟੰਗਾਈ ਨਾਲ ਜੁੜੇ ਰਹੇ ਤੇ ਉਨ੍ਹਾਂ ਨੇ ਸਥਾਨਕ ਕਾਰੀਗਰਾਂ ਦੇ ਨਾਲ ਛੋਟੀਆਂ ਸੰਯਤਾਂ ਨੂੰ ਲਗਾਤਾਰ ਹੱਲਾਸ਼ੇਰੀ ਦਿੱਤੀ। ਦਾਦਾ ਪਾਈ ਨਰੋਜੀ ਆਤੇ ਬਾਲ ਗੰਗਾਤਾਰ ਤਿਲਕ ਦੇ ਭਾਸ਼ਣਾ ਤੋਂ ਗਹਿਰਾਈ ਨਾਲ ਪ੍ਰਭਾਵਿਤ ਰਾਜਾ ਮਹਿੰਦਰ ਪ੍ਰਤਾਪ ਨੇ ਵਿਦੇਸ਼ੀ ਕਪੜਿਆਂ ਨੂੰ ਸਾੜਨ ਦਾ ਅੰਦੋਲਨ ਚਲਾਇਆ। ਆਜ਼ਾਦੀ ਸੰਗਰਾਮ ਵਿੱਚ ਭਾਰਤ ਲਈ ਸਮਰਥਨ ਜਟਾਉਣ ਦੇ ਯਤਨ ਵਿੱਚ ਉਨ੍ਹਾਂ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ। 1929 ਵਿੱਚ ਉਨ੍ਹਾਂ ਨੇ ਬਾਰਲਿਨ ਵਿੱਚ ਵਰਲਡ ਫੈਡਰੇਸ਼ਨ ਦੀ ਸ਼ੁਰੂਆਤ ਕੀਤੀ। 1932 ਵਿੱਚ ਉਨ੍ਹਾਂ ਨੂੰ ਨੋਬਲ ਅਮਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। 32 ਸਾਲ ਦੀ ਜਲਾਵਤਨੀ ਮਗਰੋਂ ਰਾਜਾ ਮਹਿੰਦਰ ਪ੍ਰਤਾਪ ਸਿੰਘ 1940 ਵਿੱਚ ਆਖਰ ਭਾਰਤ ਪਰਤੇ 1957 ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਮथुरा ਤੋਂ ਲੋਕ ਸਭਾ ਲਈ ਚੁਣੇ ਗਏ 29 April 1979 ਨੂੰ ਆਪਣਾ ਆਖਰੀ ਸਾਹ ਲੈਣ ਤੱਕ ਲਗਾਤਾਰ ਸਮਾਜ ਸੁਧਾਰ ਦੇ ਕਾਰਜਾਂ ਨੂੰ ਸਮਰਪਿਤ ਰਹੇ ਪ੍ਰਧਾਨ ਰਾਸ਼ਟਰਵਾਦੀ ਨੇਤਾ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੂੰ ਸਤਿ ਸ਼ਤ ਨਮਨ ਅੱਜ ਅਸੀਂ ਉੜੀਸ਼ਾ ਦੇ ਆਜ਼ਾਦੀ ਕੁਲਾਟੀ ਗੋਪਬੰਦੂ ਚੌਧਰੀ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ ਉੜੀਸ਼ਾ ਦੇ ਜਗਤ ਸਿੰਘਪੁਰ ਜ਼ਿਲ੍ਹੇ ਵਿੱਚ ਹੋਇਆ ਸੀ ਪੜਾਈ ਮੁਕੰਮਲ ਕਰਨ ਮਗਰੋਂ ਉਹ ਡਿਪਟੀ ਮਰਜਿਸਟਰੇਟ ਦੇ ਤੌਰ ਤੇ ਬ੍ਰਿਟਾਨਵੀ ਸਾਸਨ ਨਾਲ ਜੁੜੇ 4 ਸਾਲ ਬਾਅਦ ਹੀ ਉਹਨੇ ਡਿਪਟੀ ਮਰਜਿਸਟਰੇਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਆਪਣਾ ਜੀਵਨ ਦੇਸ਼ ਦੇ ਲੋਕਾਂ ਲਈ ਸਮਰਪਿਤ ਕਰ ਦਿੱਤਾ ਉਹਨਾਂ ਨੇ ਗਾਂਦੀਵਾਦੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਉਹ ਉੜੀਸ਼ਾ ਕਾਂਗਰਸ ਕਮੇਟੀ ਦੇ ਮੈਂਬਰ ਬਣ ਗਏ ਅਤੇ ਬਾਅਦ ਵਿੱਚ ਉਤਕਲ ਸਮੇਲੀਨੀ ਦੇ ਪੱਕੇ ਮੈਂਬਰ ਵੀ ਬਣ ਗਏ ਸਵਰਾਜਵਾਦ ਤੇ ਗਾਂਧੀਵਾਦੀ ਸੰਗਾਰਸ਼ ਦੇ ਇਸ ਚਰਨ ਵਿੱਚ ਉਹਨਾਂ ਦਾ ਸਭ ਤੋਂ ਵੱਧ ਅਹਿਮ ਯੋਗਦਾਨ ਜਨਵਰੀ 1922 ਵਿੱਚ ਜਗਤਪੁਰਾ ਸਿੰਘ ਵਿਖੇ ਅਲੱਗ ਆਸ਼ਰਮ ਦੀ ਸਥਾਪਨਾ ਦਾ ਸੀ ਇਸ ਆਸ਼ਰਮ ਵਿੱਚ ਉਹਨਾਂ ਨੇ ਪੇਂਡੂ ਮੁੱਢ ਨਿਰਮਾਣ ਅਤੇ ਸਿੱਖਿਆ ਦੀ ਗਾਂਧੀਵਾਦੀ ਪ੍ਰਣਾਲੀ ਨੂੰ ਅਪਣਾਇਆ 1930 ਵਿੱਚ ਗੋਪਬੰਧੂ ਸਿਵਲ ਨਾ ਫੁਰਮਾਨੀ ਅੰਦੋਲਨ ਅਤੇ ਨਮਕ ਸत्याग्रह ਦੇ ਮੰਨੇ ਪਰਮੰਨੇ ਨੇਤਾ ਬਣ ਗਏ ਬਰਤਾਨਵੀ ਪ੍ਰਸ਼ਾਸਨ ਨੇ 1930 ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਰਚ 1931 ਤੱਕ ਜੇਲ੍ਹ ਵਿੱਚ ਰੱਖਿਆ 1934 ਵਿੱਚ ਮਹਾਤਮਾ ਗਾਂਧੀ ਨੇ ਉੜੀਸ਼ਾ ਵਿੱਚ ਪਦ ਯਾਤਰਾ ਕੀਤੀ ਗਾਂਧੀ ਜੀ ਨੇ ਗੋਪ ਬੰਦੂ ਨੂੰ ਬਾਰੀ ਵਿੱਚ ਸਮਾਜਿਕ ਕੰਮ ਕਰਨ ਵਾਸਤੇ ਚੁਣਿਆ ਗਾਂਧੀਜੀ ਦੀ ਸਲਾਹ ਉੱਪਰ ਉਹਨਾਂ ਨੇ 13 ਅਗਸਤ 1934 ਨੂੰ ਆਪਣੇ ਪਰਿਵਾਰ ਅਤੇ ਕੁਝ ਸਹਿਯੋਗੀਆਂ ਦੇ ਨਾਲ ਬਾਰੀ ਵਿੱਚ ਟਿਕਾਣਾ ਅਪਣਾ ਲਿਆ ਤੇ ਲੋਕਾਂ ਲਈ ਸੇਵਾ ਕਾਰਜ ਸ਼ੁਰੂ ਕਰ ਦਿੱਤੇ ਆਜ਼ਾਦੀ ਮਗਰੋਂ ਕੋਪ ਬੰਦੂ 1950 ਦੀ ਦਹਾਕੇ ਵਿੱਚ ਮਸ਼ਹੂਰ ਪੂਦਾਨ ਅੰਦੋਲਨ ਨਾਲ ਜੁੜ ਗਏ ਗ੍ਰਾਮੀਣ ਉੜੀਸ਼ਾ ਵਿੱਚ ਮਹਾਤਮਾ ਗਾਂਧੀ ਦੀ ਆਦਰਸ਼ਾਂ ਨੂੰ ਲਾਗੂ ਕਰਨ ਦੇ ਸਾਰਤਕ ਸੇਵਾ ਕਾਲ ਦੇ ਬਾਅਦ 29 ਅਪ੍ਰੈਲ 1958 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਮਹਾਨ ਆਜ਼ਾਦੀ ਕੋਲਾਟੀਏ ਗੋਪ ਬੰਦੂ ਚੌਧਰੀ ਨੂੰ ਸ਼ਤ ਸ਼ਤ ਨਮਨ ਅੱਜ ਅਸੀਂ ਸ਼ਹੀਦ ਇੰਦਰਪੂਰਨ ਰਾਏ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ 1890 ਵਿੱਚ ਖੁਲਨਾ ਜ਼ਿਲ੍ਹੇ ਵਿੱਚ ਹੋਇਆ ਸੀ ਜੋ ਹੁਣ ਬੰਗਲਾਦੇਸ਼ ਵਿੱਚ ਹੈ 1908 ਵਿੱਚ ਇੰਦਰਪੂਰਨ ਹਾਈ ਸਕੂਲ ਦੇ ਵਿਦਿਆਰਥੀ ਸਨ ਜਦੂਨਾ ਨੇ ਚੰਦਨਨਗਰ ਦੇ ਮੇਅਰ ਉੱਪਰ ਬੰਬ ਸੁੱਟਿਆ ਸੀ ਬਾਅਦ ਵਿੱਚ ਉਹ ਮਾਨਿਕ ਟੋਲਾ ਗੁਪਤ ਸੰਗਠਨ ਦੇ ਮੈਂਬਰ ਬਣ ਕੇ ਅਲੀਪੁਰ ਬੰਬ ਕਾਂਡ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੂੰ 1909 ਵਿੱਚ 10 ਸਾਲ ਵਾਸਤੇ ਸੈਲੂਲਰ ਜੇਲ੍ਹ ਪੇਜ ਦਿੱਤਾ ਗਿਆ ਸੈਲੂਲਰ ਜੇਲ੍ਹ ਵਿੱਚ ਬ੍ਰਿਟਾਨੀਅ ਅਧਿਕਾਰੀਆਂ ਨੇ ਉਹਨਾਂ ਨੂੰ ਇਨੀਆਂ ਗੈਰ ਮਨੁੱਖੀ ਤਸੀਹੇ ਦਿੱਤੇ ਤੇ ਉਹਨਾਂ ਨੇ 29 ਅਪ੍ਰੈਲ 1912 ਨੂੰ ਜੇਲ੍ਹ ਵਿੱਚ ਹੀ ਆਤਮ ਹੱਤਿਆ ਕਰ ਲਈ ਦੇਸ਼ ਦੀ ਮਿੱਟੀ ਦੇਸ ਮਹਾਨ ਸੁਪੁੱਤਰ ਨੂੰ ਸਤਿ ਸ਼ਤ ਨਮਨ